ਸ਼੍ਰੀ ਮੁਕਤਸਰ ਸਾਹਿਬ ਮਾਲਵਾ ਖਿੱਤੇ 'ਚ ਰਹਿਣ ਵਾਲੇ ਲੋਕ ਪਹਿਲਾਂ ਹੀ ਧਰਤੀ ਹੇਠਲੇ ਦੂਸ਼ਿਤ ਪਾਣੀ ਕਾਰਨ ਕੈਂਸਰ ਅਤੇ ਕਾਲੇ ਪੀਲੀਏ ਵਰਗੀਆਂ ਭਿਆਨਕ ਬਿਮਾਰੀਆਂ ਨਾਲ ਗ੍ਰਸਤ ਹਨ। ਹੁਣ ਨਹਿਰੀ ਪਾਣੀ ਵਿੱਚ ਵੀ ਜ਼ਹਿਰੀਲੇ ਕੈਮੀਕਲ ਵਾਲਾ ਪਾਣੀ ਆਉਣ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਜੋ ਜ਼ਹਿਰੀਲੇ ਕੈਮੀਕਲ ਵਾਲਾ ਪਾਣੀ ਪਿਛਲੇ ਦਿਨੀ ਬਿਆਸ ਦਰਿਆ ਵਿੱਚ ਛੱਡਿਆ ਗਿਆ ਸੀ, ਉਹ ਹੁਣ ਹਰੀਕੇ ਪੱਤਣ 'ਚੋਂ ਨਿਕਲਦੀਆਂ ਨਹਿਰਾਂ ਵਿੱਚ ਦਾਖਲ ਹੋ ਗਿਆ ਹੈ, ਜਿਸ ਦੇ ਚੱਲਦਿਆਂ ਨਹਿਰਾਂ 'ਚ ਮੱਛੀਆਂ ਅਤੇ ਹੋਰ ਜੀਵ ਜੰਤੂ ਆਪਣੀ ਜਾਨ ਬਚਾਉਣ ਲਈ ਕਿਨਾਰਿਆਂ 'ਤੇ ਆ ਗਏ ਨੇ। ਬਹੁਤ ਗੰਦਾ ਆ ਰਿਹਾ ਜੀ ਇਹਨਾਂ ਨਹਿਰਾਂ 'ਚ ਪਾਣੀ। ਇਹ ਨਹਿਰਾਂ ਬਹੁਤ ਸ਼ੁੱਧ ਪਾਣੀ ਦੀਆਂ ਵਗ ਰਹੇ ਸੀ ਇਹਨਾਂ 'ਚ ਪਹਿਲਾਂ। ਇਹ ਜਿਉਂ ਇਹ ਮਾੜੀਆਂ ਸਰਕਾਰਾਂ ਬਣੀਆਂ ਹੈ, ਇਹਨਾਂ ਨੇ ਫੈਕਟਰੀਆਂ ਦਾ ਪਾਣੀ ਇਹਨਾਂ ਨਹਿਰਾਂ ਦੇ ਵਿੱਚ ਛੱਡਣ ਕਾਰਨ ਮੱਛੀਆਂ ਤੜਫ ਰਹੀਆਂ। ਜੇ ਆਦਮੀ ਪੀਊਗਾ ਉਹ ਕੀ ਕਰੂਗਾ? ਬਿਆਸ ਦਰਿਆ ਦੇ ਵਿੱਚੋਂ ਪਾਣੀ, ਗੰਦਾ ਪਾਣੀ ਆ ਰਿਹਾ, ਮੱਛੀਆਂ ਹੋਰ ਕਈ ਜਾਨਵਰ ਜਿਹੜੇ ਤੜਫ ਤੜਫ ਕੇ ਮਰ ਰਹੇ ਹੈ। ਅਸੀਂ ਸੁਣਦੇ ਹੁੰਦੇ ਸਾਂ ਵੀ ਬਠਿੰਡੋਂ ਕੈਂਸਰ ਵਾਲੀ ਟ੍ਰੇਨ ਵੱਖਰੀ ਜਾਂਦੀ ਹੈ। ਅੱਜ ਸਾਡੇ ਪੰਜਾਬ ਦੀਆਂ ਨਹਿਰਾਂ ਵਿੱਚ ਵੀ ਕੈਂਸਰ ਪੈਦਾ ਹੋ ਕੇ ਆ ਗਿਆ। ਜੇ ਅਸੀਂ ਲੰਘਦੇ ਤਾਂ ਉਹਦੇ ਪਾਣੀ 'ਚੋਂ ਵੀ ਬਦਬੋ ਮਾਰਦੀ ਹੈ, ਪਸ਼ੂਆਂ ਨੂੰ ਨਹੀਂ ਪਿਆ ਸਕਦੇ। ਜੇ ਸਰਕਾਰ ਨੇ ਇਹਦਾ ਨਾ ਹੱਲ ਕੀਤਾ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਅਤੇ ਸੜਕਾਂ 'ਤੇ ਧਰਨੇ ਦੇਵਾਂਗੇ, ਮੁਜ਼ਾਹਰੇ ਕਰਾਂਗੇ, ਸਰਕਾਰ ਦੀ ਮੁਰਦਾਬਾਦ ਬੁਲਾਵਾਂਗੇ। ਲੋਕਾਂ 'ਤੇ ਅਸਰ ਇਹਦਾ ਬਹੁਤ ਹੀ ਮਾੜਾ ਹੀ, ਬੜੀ ਪਰੇਸ਼ਾਨੀ ਹੋ ਰਹੀ ਹੈ ਸੋਚ ਕੇ ਇਸ ਜ਼ਮੀਨ ਨੂੰ। ਹਰੇਕ ਬੰਦਾ ਪਰੇਸ਼ਾਨ ਹੈ। ਮੈਂ ਕੱਲ੍ਹ ਦਾ ਤਕਰੀਬਨ 8-10 ਬੰਦਿਆਂ ਤੋਂ ਇਹ ਗੱਲ ਸੁਣ ਚੁੱਕਿਆ ਕਿ ਪਾਣੀ ਬਹੁਤ ਜ਼ਿਆਦਾ ਖਤਰਨਾਕ ਅਤੇ ਖਰਾਬ ਪਾਣੀ ਹੋ ਚੁੱਕਿਆ, ਕਾਲਾ ਪਾਣੀ ਆਇਆ ਨਹਿਰਾਂ ਦੇ ਵਿੱਚ, ਜਿਹੜਾ ਪਿੱਛੇ ਕਿਸੇ ਫੈਕਟਰੀ ਦੇ ਮਤਲਬ ਵਿੱਚ ਛੱਡਣ ਕਾਰਨ ਆ ਰਿਹਾ। ਅਤੇ ਕਈ ਬੰਦਿਆਂ ਨੇ ਦੱਸਿਆ ਵੀ ਪਾਣੀ ਤਾਂ ਪਹਿਲਾਂ ਹੀ ਆਪਣੀ ਮਤਲਬ ਧਰਤੀ ਦਾ ਜਿਹੜਾ ਗਿਦੜਵਾਦਾ ਹੈਗਾ ਉਹ ਬਹੁਤ ਜ਼ਿਆਦਾ ਬਿਮਾਰ ਅਤੇ ਕੈਂਸਰ ਵਾਲਾ ਪਾਣੀ ਹੈਗਾ। ਪਿੱਛੇ ਜੇ ਸਰਵੇਖਣ ਦੇ ਵਿੱਚ ਪਾਇਆ ਗਿਆ ਸੀ ਵੀ ਕੈਂਸਰ ਵਾਲੀ ਤੱਤ ਬਹੁਤ ਜ਼ਿਆਦਾ, ਅਤੇ ਹੁਣ ਉੱਪਰ ਤੋਂ ਇਹ ਹੋਰ ਵੀ ਵੱਡੀ ਮੁਸੀਬਤ ਆ ਰਹੀ ਹੈ, ਕਰ ਰਹੀ ਹੈ, ਅਤੇ ਬੜੀ ਇਹ ਪਰੇਸ਼ਾਨੀ ਦੀ ਗੱਲ ਹੈ ਜੀ। ਇਹਦੇ ਵਿੱਚ ਬਹੁਤ ਪਰੇਸ਼ਾਨ ਨੇ ਲੋਕ। ਪਾਣੀ ਪੀਣ ਦਾ ਜਿਹੜਾ ਹੈਗਾ ਉਹ ਸਭ ਤੋਂ ਜ਼ਿਆਦਾ ਇੱਕ ਇਨਸਾਨ ਵਾਸਤੇ ਜ਼ਰੂਰੀ ਚੀਜ਼ ਹੈ, ਉਦੋਂ ਤੁਹਾਨੂੰ ਪਤਾ ਹੀ ਹੈ ਕਿੰਨੀ ਪਰੇਸ਼ਾਨੀ ਦੀ। ਜੇ ਇਸ ਏਰੀਏ ਦੀ ਗੱਲ ਕਰੀਏ, ਇਹਨੂੰ ਪਹਿਲਾਂ ਕੈਂਸਰ ਦੀ ਗੱਡੀ ਵੀ ਇੱਥੇ, ਜਿਹੜੇ ਕੈਂਸਰ ਦੀ ਗੱਡੀ ਦੇ ਨਾਲ ਤੇ ਵੀ ਇੱਥੇ ਚੱਲਦੀ ਸੀ ਇੱਕ ਗੱਡੀ, ਤੇ ਕਿੰਨੀਆਂ ਕੁ ਬਿਮਾਰੀਆਂ ਫੈਲਣ ਦਾ ਤੁਹਾਨੂੰ ਡਰ ਲੱਗ ਰਿਹਾ ਹੈਗਾ, ਤੇ ਕੀ ਸਹਿਮ ਦਾ ਕਿੰਨਾ ਕੁ ਮਾਹੌਲ ਹੈ ਜੀ ਸ਼ਹਿਰ ਵਾਸੀਆਂ ਦੀ? ਸਹਿਣ ਸ਼ਕਤੀ ਬਿਲਕੁਲ ਖਤਮ ਹੈ ਜੀ ਹੁਣ। ਪਹਿਲਾਂ ਹੀ ਇੱਕ ਤਾਂ ਜਿਵੇਂ ਸੰਸਾਰਿਕ ਤੌਰ ਤੇ ਮੰਦੇ ਦੀ ਮਾਰ ਤੇ ਉੱਪਰੋਂ ਇਹ ਬਿਮਾਰੀਆਂ ਦੇ ਜਿਹੜੀ ਪਰੇਸ਼ਾਨੀ ਆ ਰਹੀ ਹੈ,